ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਮਿੱਟੀ ਦੇ ਨਾਲ। ਮੈਂ ਹਾਂ ਕੁਵਰਜੋਤ ਸਿੰਘ। ਤਾਂ ਅੱਜ ਅੰਮ੍ਰਿਤਪਾਲ ਮਹਿਰੋ ਦਾ ਇਕੱਠ ਰੱਖਿਆ ਗਿਆ, ਜਿਸ ਦੇ ਵਿੱਚ ਵੱਖ ਵੱਖ ਸ਼ਖਸੀਅਤਾਂ ਆਈਆਂ। ਤਾਂ ਸਾਡੇ ਨਾਲ ਇਸ ਸਮੇਂ ਸੁੱਖ ਜਗਰਾਓਂ ਮੌਜੂਦ ਹੈ, ਗੱਲਬਾਤ ਕਰਦੇ ਹਾਂ। ਕਿਹਾ ਜਾ ਰਿਹਾ ਵੀ ਜਿਹੜੇ ਜਗਰਾਓਂ ਦੇ ਨੌਜਵਾਨ ਨੇ, ਜਿਹੜੇ ਪਹਿਲੇ ਦਿਨ ਤੋਂ ਅੰਮ੍ਰਿਤਪਾਲ ਮਹਿਰੋ ਦੇ ਹੱਕ 'ਚ ਖੜ੍ਹੇ, ਅੱਜ ਉਹ ਪਹੁੰਚੇ ਨਹੀਂ। ਕੀ ਗੱਲ ਹੈ, ਇਕੱਠ ਤਾਂ ਵੱਡਾ ਹੋ ਗਿਆ ਪਰ ਉਹ ਜਗਰਾਓਂ ਵਾਲੇ ਨੌਜਵਾਨ ਨਹੀਂ ਨਜ਼ਰ ਆਏ? ਨਹੀਂ, ਜਗਰਾਓਂ ਵਾਲੇ ਨੌਜਵਾਨ ਤਕਰੀਬਨ ਪਹਿਲੇ ਦਿਨ ਤੋਂ ਜਿੱਦਣ ਦਾ ਹੋਇਆ ਵਾ ਬਾਬੇ ਦੇ ਨਾਲ ਆਲੇ ਦੁਆਲੇ ਪਿੰਡਾਂ ਵਾਲੇ, ਅੱਜ ਹਾਂ ਤੁਹਾਡੀ ਗੱਲ ਇਹ ਵੀ ਕੁੰਵਰ ਸਹੀ ਹੈ, ਕੋਈ ਬੰਦੇ ਨਹੀਂ ਪਹੁੰਚੇਗੇ। ਹੁਣ ਇਹ ਤਾਂ ਮਿਲ ਕੇ ਦੱਸ ਸਕਦੇ ਆ ਭਾਈ ਕੀ ਕਾਰਨ ਆ, ਕਿਉਂ ਨਹੀਂ ਪਹੁੰਚੇਗੇ। ਤੁਹਾਨੂੰ ਪਤਾ ਜਦੋਂ ਇੱਦਾਂ ਦਾ ਇਕੱਠ ਹੋ ਜਾਏ ਨਾ, ਇੰਨੀ ਗੱਲ ਵਾਇਰਲ ਹੋ ਜਾਏ, ਹਰ ਇੱਕ ਬੰਦੇ ਨੂੰ ਡਰ। ਇੱਕ ਅੱਜ ਕੱਲ੍ਹ ਦੇ ਸਾਡੇ ਲੋਕਾਂ 'ਚ ਪਤਾ ਕੀ ਫਸਿਆ ਹੋਇਆ ਵੀ ਭਾਈ ਮੁੰਡੇ ਨੇ ਬਾਹਰ ਨੂੰ ਜਾਣਾ, ਕਿਤੇ ਪਰਚਾ ਨਾ ਹੋ ਜਾਏ, ਇੰਨੀ ਕੁ ਗੱਲ ਤੋਂ ਡਰੀ ਜਾਂਦਾ ਯਾਰ ਬਾਹਰ ਨੂੰ ਜਾਣਾ, ਆਹ ਗੱਲ ਨਾ ਹੋ ਜਾਏ। ਅਸੀਂ ਪੰਜਾਬ ਲਈ, ਪੰਜਾਬ ਦੇ ਹੱਕਾਂ ਲਈ, ਸੱਚ ਲਈ ਬੋਲਣਾ ਹੀ ਛੱਡ ਗਏ, ਸਰਕਾਰ ਦੇ ਇੰਨਾ ਪ੍ਰੈਸ਼ਰ ਹੇਠ ਆ ਜਾਂਦੇ ਹਾਂ ਵੀ ਪਤਾ ਨਹੀਂ ਕੀ ਹੋ ਜੂਗਾ ਯਾਰ। ਇੱਕ ਦਿਨ ਜੋ ਹੋਣਾ, ਦੇਖੋ ਉਹ ਮੈਂ ਉਹ ਅਕਾਲ ਪੁਰਖ ਨੂੰ ਮੰਨਦਾ, ਉਹ 'ਚ ਮੇਰਾ ਬੜਾ ਯਕੀਨ ਹੈ। ਆਪਾਂ ਇੱਥੇ ਅੱਜ ਬੈਠੇ ਇੰਟਰਵਿਊ ਕਰ ਰਹੇ ਹਾਂ, ਇਹ ਉਹ ਪਹਿਲਾਂ ਲਿਖਿਆ ਸੀ, ਇਹ ਕੋਈ ਆਪਾਂ ਪਲਾਨ ਨਹੀਂ ਕੀਤਾ ਵੀ ਤੁਸੀਂ ਆਉਣਾ ਮੈਂ ਆਉਣਾ, ਨਹੀਂ, ਇਹ ਆਪਾਂ ਤਾਂ ਸਿਰਫ ਨੱਚ ਰਹੇ ਹਾਂ, ਜਿਵੇਂ ਉਹ ਹੁੰਦਾ ਨਹੀਂ ਸੀਗਾ ਕਠਪੁਤਲੀਆਂ ਦਾ ਨਾਚ, ਉਵੇਂ ਆਪਾਂ ਕਠਪੁਤਲੀਆਂ ਡੋਰ ਉਸ ਮਾਲਕ ਦੇ ਹੱਥ 'ਤੇ, ਉਹ ਜਿਵੇਂ ਕਰਦਾ ਉਹਨੂੰ ਕਰੀ ਜਾਣ ਦਿਓ, ਵਧੀਆ ਕਰਦਾ ਉਹ। ਸੋ ਭਾਈ ਜੇ ਕੋਈ ਡਰ ਹੈ ਮਨ 'ਚ ਜਾਂ ਕੋਈ ਭੈ ਹੈ ਤਾਂ ਉਹਨੂੰ ਕੱਢ ਕੇ ਸੱਚ ਲਈ, ਹੱਕ ਲਈ, ਪੰਜਾਬ ਲਈ, ਪੰਜਾਬੀਤ ਲਈ ਜ਼ਰੂਰ ਆਉਣਾ ਚਾਹੀਦਾ। ਓਵਰ ਤੁਸੀਂ ਇੱਕ ਸਟੇਜ ਤੋਂ ਕਹੀ ਵੀ ਗੱਦਾਰ ਜਿਹੜੇ ਨੇ ਉਹ ਥੱਲੇ ਬੈਠੇ ਨਹੀਂ ਹੁੰਦੇ, ਉਹ ਸਟੇਜਾਂ ਦੇ ਵਿੱਚੋਂ ਹੀ ਗੱਦਾਰ ਨਿਕਲ ਆਉਂਦੇ ਨੇ। ਇਹ ਬਿਲਕੁਲ ਸਹੀ ਗੱਲ ਆ, ਤੁਸੀਂ ਕਿਤੇ ਵੀ ਦੇਖ ਲਿਓ, ਇਹ ਅੱਜ ਤੱਕ ਕੋਈ ਇਕੱਠ ਲਾ ਲਓ, ਕੋਈ ਧਰਨਾ ਲਾ ਲਓ, ਜੇ ਕਿਉਂਕਿ ਸੰਗਤ ਜਾਂ ਲੋਕ ਮੈਂ ਕਹਿ ਲਵਾਂ, ਇਹ ਤਾਂ ਪੰਜਾਬ ਦੇ ਲੋਕ ਤਾਂ ਪਹੁੰਚ ਜਾਂਦੇ ਨੇ। ਇਹ ਤਾਂ ਦਿੱਲੀ ਆਪਾਂ ਧਰਨਾ ਕੀਤਾ, ਉੱਥੇ ਮੋਦੀ ਦੇ ਖਿਲਾਫ਼, ਪ੍ਰਾਈਮ ਮਿਨਿਸਟਰ ਦੇ ਖਿਲਾਫ਼ ਹੈ ਨਾ, ਇੰਨਾ ਬੋਲੇ ਹਾਂ, ਕਾਰਪੋਰੇਟਸ ਦੇ ਖਿਲਾਫ਼, ਤਾਂ ਉੱਥੇ ਕਦੀ ਇੰਨੀ ਸੰਗਤ ਪਹੁੰਚਦੀ ਰਹੀ ਨੇ, ਲੋਕ ਪਹੁੰਚਦੇ ਰਹੇ ਨੇ, ਕਿਤੇ ਵੀ ਲਾ ਲਓ ਤੁਸੀਂ। ਇਹ ਤਾਂ ਸਾਡਾ ਸਕਸੈਸ ਹੋਇਆ ਆਪਣਾ ਸਾਰਿਆਂ ਦਾ, ਇਹ ਕਿਸਾਨ ਅੰਦੋਲਨ ਨਹੀਂ, ਤੁਸੀਂ ਦੇਖ ਲਓ ਵੀ ਜਿੰਨੇ ਪੰਜਾਬ ਦੇ ਵਿੱਚ ਇਕੱਠ ਹੋਏ ਨੇ ਸਾਰੇ, ਅੱਜ ਤੱਕ ਕਦੀ ਸੰਗਤ ਨੇ ਧੋਖਾ ਦਿੱਤਾ? ਨਹੀਂ ਦਿੱਤਾ। ਜਿਹੜਾ ਮੂਹਰਲੇ ਆਗੂ ਹੋਊਗਾ, ਜਾਂ ਉਹ ਵਿਕ ਜਾਂਦਾ, ਜਾਂ ਉਹ ਪਾਸੇ ਹੋ ਜਾਂਦਾ, ਜਾਂ ਉਹ ਆਪਾਂ ਕਹਿ ਲਈਏ ਵੀ ਭਾਈ ਡਰ ਜਾਂਦਾ, ਕੁਛ ਵੀ ਲਾ ਲਓ, ਉਹੀ ਭੱਜਦੇ ਨੇ। ਸੰਗਤ ਤਾਂ ਕਦੇ ਵੀ ਸਰਦਾਰ ਕਪੂਰ 'ਚੋਂ ਲਿਖਦੇ ਹੁੰਦੇ ਸੀ, ਉਹਨਾਂ ਨੇ ਲਿਖਿਆ ਸੀ ਅੱਜ ਤੱਕ, ਮੈਂ ਉਹਨਾਂ ਦੀ ਲਿਖਤ ਪੜ੍ਹਦਾ, ਕਹਿੰਦੇ ਵੀ ਅੱਜ ਤੱਕ ਜਦੋਂ ਵੀ ਕਿਤੇ ਧੋਖਾ ਦਿੱਤਾ ਸੰਗਤ 'ਚੋਂ ਨਹੀਂ ਦਿੱਤਾ, ਲੋਕਾਂ 'ਚੋਂ ਨਹੀਂ ਦਿੱਤਾ, ਆ ਸਟੇਜ 'ਤੇ ਬੈਠੇ ਗਦਾਰਾਂ ਨੇ ਦਿੱਤਾ। ਤੁਸੀਂ ਕੋਈ ਵੀ ਧਾਰਨ ਕਰ ਲਓ, ਕੋਈ ਵੀ ਗੱਲ ਲੈ ਲਓ, ਕੋਈ ਧਰਨਾ ਲੈ ਲਓ, ਕਿਸੇ ਇੱਕ ਪੁਆਇੰਟ ਦੀ ਗੱਲ ਲੈ ਲਓ ਨਾ, ਕੀ ਹੋਇਆ ਸਰਬੱਤ ਖਾਲਸੇ 'ਤੇ, ਕੀ ਹੋਇਆ ਬਰਗਾੜੀ 'ਤੇ, ਕੀ ਹੋਇਆ ਬਹਿਬਲ ਕਲਾਂ, ਕੀ ਹੋਇਆ ਕਿਤੇ ਵੀ ਹੋਰ, ਤੁਸੀਂ ਲਾ ਲਓ ਵੀ ਕਿੱਥੇ ਜੋ ਵੀ ਕੋਈ ਵੱਡਾ ਕਾਂਡ ਹੈ। ਜਿਹੜੇ ਮੂਹਰਲੇ ਲੋਕ ਨੇ, ਜਿਹੜੇ ਮੂਹਰੇ ਲਾ ਕੇ ਮੇਰੇ ਅੱਗੇ ਕਹਿੰਦੇ ਮੈਂ ਕਰ ਦੂੰ, ਆਖਿਰ ਉਹੀ ਪਿੱਛੇ ਹੋ ਜਾਂਦੇ ਨੇ, ਵਿਕ ਜਾਂਦੇ ਨੇ, ਜਾਂ ਚੁੱਪ ਕਰਕੇ ਬਹਿ ਜਾਂਦੇ ਨੇ, ਜਾਂ ਡਰ ਜਾਂਦੇ, ਜਾਂ ਡਰਾ ਲੈ ਜਾਂਦੇ ਨੇ, ਦਬਾਅ ਲੈ ਜਾਂਦੇ ਨੇ। ਸਰਕਾਰਾਂ ਦੇ ਪ੍ਰੈਸ਼ਰ ਬਹੁਤ ਹੁੰਦੇ ਨੇ, ਬਹੁਤ ਆਪਾਂ ਕਹਿ ਲਈਏ ਵੀ ਸਰਕਾਰਾਂ ਕੋਲ ਚਾਬੀਆਂ ਹੁੰਦੀਆਂ ਨੇ, ਕੁੰਡੀਆਂ ਹੁੰਦੀਆਂ ਨੇ, ਕੁੰਡੀ ਮਰੋੜ ਦਿੰਦੇ ਨੇ ਤਾਂ ਮੇਰੇ ਅੱਗੇ ਚੁੱਪ ਕਰਕੇ ਬਹਿਣਾ ਪੈ ਜਾਂਦਾ। ਜੇ ਸਾਡੇ ਮੂਹਰਲੀ ਕਤਾਰ ਵਾਲੇ ਆਗੂ, ਮੂਹਰਲੀ ਕਤਾਰ ਵਾਲੇ ਜਿਹੜੇ ਲੋਕ ਹੋਏ ਨੇ, ਉਹ ਅੱਜ ਤੱਕ ਨਾ ਵਿਖਦੇ ਤਾਂ ਅੱਜ ਪੰਜਾਬ ਸੋਨੇ ਦੀ ਚਿੜੀ ਹੁੰਦਾ। ਰਾਜ ਮਹਾਰਾਜਾ ਰਣਜੀਤ ਸਿੰਘ ਦਾ ਵੀ ਦੇਖਿਆ, ਉਦੋਂ ਕਿਉਂ ਨਹੀਂ ਭਾਈ ਇਹੋ ਜਿਹਾ ਕੁਛ ਹੋਇਆ? ਅਤੇ ਰਾਜ ਅੱਜ ਜਦੋਂ ਦਾ ਦੇਸ਼ ਆਜ਼ਾਦ ਹੋਇਆ, 1966 ਦਾ ਪੰਜਾਬੀ ਸੂਬਾ ਬਣਿਆ, ਦੇਖ ਲਓ ਅੱਜ ਤੱਕ ਅਸੀਂ ਕਿੰਨੇ ਨਿਘਾਰ ਵੱਲ ਗਏ ਹਾਂ, ਕਿੱਥੇ ਗਏ ਹਾਂ, ਚੰਡੀਗੜ੍ਹ ਸੜ ਤੋਂ ਖੋਲਿਆ, ਪੰਜਾਬ ਦੇ ਪਾਣੀਆਂ ਦੀ ਰੋਇਲਟੀ ਨਹੀਂ ਮਿਲੀ, ਕਿੰਨੇ ਮੁੱਦੇ ਨੇ ਮੈਨੂੰ ਦੱਸੋ ਤਾਂ ਸਹੀ ਨਾ, ਅੱਜ ਤੱਕ MSP ਨਹੀਂ ਮਿਲੀ, ਸਵਾਮੀਨਾਥਨ ਦੀ ਰਿਪੋਰਟ ਕਿੱਥੇ ਹੈ? ਹਮੇਸ਼ਾ ਪੰਜਾਬ ਨਾਲ, ਪੰਜਾਬੀਆਂ ਨਾਲ ਧੋਖਾ ਹੀ ਹੁੰਦਾ ਹੈ। ਅਤੇ ਇਹ ਕੌਣ ਕਰਦੇ ਨੇ ਜਿਹੜੇ ਇੱਥੋਂ ਜਾਂਦੇ ਨੇ? ਮੇਰੇ ਵਰਗਾ MLA ਬਣ ਗਿਆ, ਕੋਈ ਮੰਤਰੀ ਬਣ ਗਿਆ, ਮੈਂ ਵੀ ਕਹਿ ਦਿੰਦਾ ਮੁੱਖ ਮੰਤਰੀ ਬਣ ਗਿਆ ਯਾਰ, ਅਤੇ ਜਾ ਕੇ ਉੱਥੇ ਦਿੱਲੀ ਮੂਹਰੇ ਹੱਥ ਜੋੜ ਕੇ ਖੜ੍ਹ ਜਾਂਦੇ ਨੇ, ਦਿੱਲੀ ਮੂਹਰੇ ਬਿੱਲੀ ਬਣ ਜਾਂਦੇ ਨੇ, ਬੋਲਦੇ ਹੀ ਨਹੀਂ ਕੁਛ, ਆਪਦੇ ਹੱਕਾਂ ਦੀ ਗੱਲ ਛੱਡੋ, ਮੂੰਹ 'ਚ ਜ਼ਬਾਨ ਨਹੀਂ ਨਿਕਲਦੀ। ਅੱਜ ਤੱਕ ਪੰਜਾਬ ਦੇ ਹਾਲ ਇਹਨਾਂ ਗੰਦੇ ਅਤੇ ਦੱਲੇ ਸ਼ਬਦ ਮੈਂ ਕਹਿਣਾ ਨਹੀਂ ਚਾਹੁੰਦਾ, ਪਰ ਮੈਂ ਕਹਿਣਾ ਇਹਨਾਂ ਦੱਲੇ ਲੀਡਰਾਂ ਕਰਕੇ ਹੋਇਆ। ਤੁਸੀਂ ਕੋਈ ਵੀ ਲਾ ਲਓ, ਕੋਈ ਪੰਜਾਬ ਦਾ ਮੁੱਖ ਮੰਤਰੀ ਲਾ ਲਓ, ਕਿਹਨੇ ਅੜ ਕੇ ਪੰਜਾਬ ਦੀ ਗੱਲ ਕੀਤੀ ਹੈ? ਇੱਕ ਬੰਦਾ ਦੱਸ ਦਿਓ ਮੈਨੂੰ ਵੀ ਹਾਂ ਭਾਈ ਆਹ ਬੰਦੇ ਨੇ ਪੰਜਾਬ ਦਾ ਇਹਦੇ ਲਈ ਕੰਮ ਕੀਤਾ, ਇਹਦੇ ਲਈ ਕੀਤਾ। ਜਦੋਂ ਦਾ ਪੰਜਾਬੀ ਸੂਬਾ ਬਣਿਆ ਅਸੀਂ ਨਿਘਾਰ ਵੱਲ ਹੀ ਗਏ ਹਾਂ, ਥੱਲੇ ਨੂੰ ਗਏ ਹਾਂ, ਤੁਸੀਂ ਦੇਖ ਲਓ।
ਤੁਹਾਡੇ ਏਰੀਆ ਦਾ ਹੀ ਬਾਬਾ ਸੀਗਾ, ਪਤਾ ਸੀ ਇਹਦੇ ਬਾਰੇ ਵੀ ਇਹੋ ਜਿਹੇ, ਕਿਉਂਕਿ ਬ੍ਰਹਮ ਗਿਆਨੀ ਲਿਖਾਈ ਫਿਰਦਾ ਸੀ ਅਤੇ ਲੋਕ ਸਮਝਦੇ ਵੀ ਸੀ। ਮੈਂ ਇੱਕ ਸਵਾਲ ਇੱਥੇ ਪੁੱਛਣ ਲੱਗਾ ਸੀ ਤਾਂ ਤੁਹਾਡੇ ਤੋਂ ਵੀ ਪੁੱਛ ਲੈਂਦਾ, ਬੜੇ ਪੰਥ ਦੀਆਂ ਸ਼ਖਸੀਅਤਾਂ ਵੀ ਨਾਲ ਨਜ਼ਰ ਆਈਆਂ, ਤਸਵੀਰਾਂ ਬੜਿਆਂ ਦੀ ਨਜ਼ਰ ਆਈਆਂ ਪਿੱਛੇ, ਆ ਵੀਡੀਓਜ਼ ਵੀ ਬੜੀਆਂ ਵਾਇਰਲ ਹੋ ਗਈਆਂ, ਫੋਟੋਜ਼ ਵੀ ਬੜੀਆਂ ਵਾਇਰਲ ਹੋ ਗਈਆਂ, ਲੋਕ ਕਹਿੰਦੇ ਸੀ ਬਾਬੇ ਦੇ ਮੂੰਹ 'ਤੇ ਰੂਹਾਨੀਅਤ ਹੀ ਬੜੀ। ਨਹੀਂ ਨਹੀਂ ਰੋ, ਦੇਖੋ ਜਦੋਂ ਬਾਬੇ ਨੇ ਕੰਮ ਕੁਛ ਕਰਨਾ ਨਹੀਂ, ਬੈਠੇ ਨੇ ਮਾਲ ਛੱਕੀ ਜਾਣਾ, ਢਿੱਡ ਵਧਾ ਲੈਣਾ, ਅਤੇ ਫਿਰ ਨੂ ਜਦੋਂ ਬੰਦੇ ਨੂੰ ਕੋਈ ਟੈਨਸ਼ਨ ਹੀ ਨਹੀਂ, ਚਿਹਰਾ ਤਾਂ ਆਪਣੇ ਆਪ ਗਦਗਦ ਕਰਨਾ। ਤੁਸੀਂ ਇਹ ਦੇਖੋ ਐਂ ਛਾਪਾਂ ਪਾ ਕੇ ਐਂ ਬਾਬਾ, ਜਿਵੇਂ ਜੈਜ਼ੀ ਵੀ ਨਹੀਂ ਐਂ ਕਰਦਾ, ਤੁਸੀਂ ਦੇਖਣਾ ਸਾਰੀਆਂ ਸੋਨੇ ਦੀਆਂ ਛਾਪਾਂ। ਪਰ ਜੇ ਇਹ ਹੁਣ ਮੈਂ ਕਾਹਨੂੰ, ਸਾਡੇ ਮੁੰਡਾ ਸੀ ਉਹਦਾ, ਉਹਦੇ ਪੈਸੇ ਦੱਬ ਗਿਆ ਇਹ, ਆ ਸੋਲਰ ਸੂਲਰ ਜਿਹਾ ਲਵਾਇਆ ਸੀ। ਹਾਂ ਪੈਸੇ ਦੱਬੇ ਵੀ, ਹਾਂ ਲੈ ਲਈ ਜਿਵੇਂ ਲਾਰੇ ਲਾ ਲਈਏ, ਕਹਿੰਦਾ ਕੋਈ ਨਹੀਂ ਦਿੰਦੇ ਹਾਂ, ਹੈ ਨਾ। ਉਹ ਉਹਦਾ ਬਾਬੇ ਨਾਲ ਕਹਿੰਦਾ ਯਾਰ ਮੇਰੇ ਪੈਸੇ ਨਹੀਂ ਦਿੰਦਾ, ਅਤੇ ਉਹ ਛਾਪਾਂ ਪਾ ਕੇ ਲੋਕਾਂ ਨੂੰ ਦਿਖਾਉਣ ਨੂੰ ਸੀ। ਇਸ ਲਈ ਜਗਰਾਉਂ ਦੀਆਂ ਸ਼ਖਸੀਅਤਾਂ ਨਹੀਂ, ਮਾਫ਼ ਕਰਿਓ, ਇਹ ਸਾਡਾ ਏਰੀਆ ਤਾਂ ਸ਼ੁਰੂ ਤੋਂ ਕਰਤਾਰ ਸਿੰਘ ਸਰਾਭੇ ਦਾ, ਜਿੰਨੇ ਗਦਰੀ ਬਾਬੇ ਹੋਏ ਨੇ ਸਾਡੇ, ਬਾਬਾ ਉੱਤਮ ਸਿੰਘ ਹਾਂਸ, ਗੁਰਦਿੱਤ ਸਿੰਘ ਲੰਮੇ, ਜਗਤ ਸਿੰਘ ਬਿੰਜਲ, ਸਾਡੇ ਤਾਂ ਗਦਰੀ ਬਾਬਿਆਂ ਦੀ ਧਰਤੀ ਹੈ, ਇੱਥੋਂ ਦੇ ਇਹ ਗਦਾਰ ਨਹੀਂ ਪੈਦਾ ਹੋਏ। ਇਹ ਹੈਗਾ ਜੀ ਇੱਧਰ ਦਾ ਜਿਹੜਾ ਬੱਬੂ ਮਾਨ ਦਾ ਪਿੰਡ ਹੈ, ਖੰਟ ਮਾਨਪੁਰ ਦਾ ਬਾਬਾ ਜੱਦੀ ਪੁਸ਼ਤੀ, ਇਹ ਜਗਰਾਉਂ ਸਾਨੂੰ ਨਹੀਂ ਇਹਦੇ ਬਾਰੇ ਪਤਾ ਸੀ ਵੀ ਹੈਗਾ। ਹਾਂ ਇੰਨਾ ਜ਼ਰੂਰ ਸੀ ਵੀ ਉੱਥੇ ਜਗ੍ਹਾ ਹੈ, ਗੁਰੂ ਘਰ ਹੈ, ਪਰ ਇਹ ਨਹੀਂ ਪਤਾ ਸੀ ਵੀ ਇਹ ਬਾਬਾ ਮੋਰਾਂ ਦੇ ਖੰਭ ਲਾਉਣ ਵਾਲਾ, ਗੁਲਾਬ ਦੇ ਫੁੱਲ ਟੰਗਣ ਵਾਲਾ, ਇਹ ਬਾਬਾ ਇਹ ਇੱਥੋਂ ਦਾ। ਹੁਣ ਜਦੋਂ ਪਤਾ ਲੱਗਿਆ ਇਹ ਕੀ ਗੱਲ ਹੈ, ਜਗਰਾਉਂ ਬਹੁਤ ਲੋਕਾਂ ਨੂੰ ਰਾਸ ਆਇਆ, ਜਗਰਾਉਂ ਦੀ ਧਰਤੀ ਅਜਿਹੀ ਆ, ਚਾਹੇ ਉੱਥੋਂ ਦਾ ਪੰਜਾਬ ਦਾ ਬਹੁਤ ਵੱਡਾ ਨਾਮੀ ਸਿੰਗਰ ਆ, ਉਹ ਵੀ ਜਗਰਾਉਂ ਆਉਂਦਾ ਰਹਿੰਦਾ, ਉਹਦੀ ਵੀ ਯਾਰੀ ਆ, ਅਤੇ ਇਹ ਬਾਬਾ ਤਾਂ ਖੈਰ ਸੀ ਹੋਈ ਇੱਥੇ, ਇਹ ਬਾਬੇ ਦੀ ਨਹੀਂ ਵੀ ਜਗਰਾਉਂ ਦੇ ਵਿੱਚ ਆਉਂਦਾ ਰਹਿੰਦਾ ਬਾਬਾ, ਬਾਬਾ ਤਾਂ ਉਹਦੇ ਪਿੰਡ ਦਾ, ਬੱਬੂ ਮਾਨ ਦੇ ਪਿੰਡ ਦਾ ਜਿਵੇਂ ਮੈਂ ਦੱਸਿਆ ਉੱਥੋਂ ਦਾ ਵਾ, ਅਤੇ ਆ ਕੇ ਜਗਰਾਉਂ ਦੇ ਵਿੱਚ ਇਹਨੇ ਆਹਦਾ ਇੱਥੇ ਆਪਾਂ ਕਹਿ ਲਈਏ ਧੰਦਾ ਚਲਾ ਲਿਆ। ਧੰਦਾ ਸ਼ਬਦ ਮੈਂ ਤਾਂ ਕਹਿਣਾ ਚਾਹੁੰਦਾ ਕਿ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ, ਅਸੀਂ ਜਿਹੜੇ ਇਕੱਲੀਆਂ ਕੁੜੀਆਂ ਨੂੰ, ਇਕੱਲੀਆਂ ਧੀਆਂ ਨੂੰ ਇਹਨਾਂ ਬਘਿਆੜਾਂ ਦੇ, ਮੈਂ ਸਿੱਧਾ ਸ਼ਬਦ ਕਹਿੰਦਾ, ਇਹਨਾਂ ਬਘਿਆੜਾਂ ਕੋਲ ਭੇਜਦੇ ਹਾਂ। ਪਹਿਲਾਂ ਨਹੀਂ ਪਤਾ ਹੁੰਦਾ ਭਾਈ ਸਾਡੀ ਧੀ ਜਾਂਦੀ ਹੈ, ਇਕੱਲੀ ਕਿਉਂ ਜਾਂਦੀ ਹੈ ਬਾਬੇ ਕੋਲ, ਬੁੜੀਆਂ ਇਹ ਅੱਜ ਤੱਕ ਪੰਜਾਬ ਦੇ ਵਿੱਚ ਕਿਸੇ ਵੀ ਡੇਰੇ ਦੀ ਕਿਸੇ ਵੀ ਤੁਸੀਂ ਲਾ ਲਓ, ਇਹ ਬੀਬੀਆਂ ਕਰਕੇ ਜਾ ਕੇ ਬਾਬਾ ਜੀ ਆਹ ਖਾਓ, ਘਰੇ ਆਪਦੇ ਸਹੁਰੇ ਨੂੰ ਰੋਟੀ ਨਹੀਂ ਦੇਣੀ, ਸੱਸ ਨੂੰ ਰੋਟੀ ਨਹੀਂ ਦੇਣੀ, ਜਾ ਕੇ ਬਾਬੇ ਦੀਆਂ ਲੱਤਾਂ ਘੁੱਟਣੀਆਂ ਨੇ, ਘਰੇ ਕੰਮ ਵਾਲੀ ਲਾਈ ਹੈ, ਉੱਥੇ ਜਾ ਕੇ ਤੁਸੀਂ ਪੋਚੇ ਝਾੜੂ ਲਾਉਣੇ ਨੇ। ਇਹ ਡੇਰਾਵਾਦ ਨੂੰ ਵਧਾਉਣ ਦੇ ਵਿੱਚ ਬੀਬੀਆਂ ਦਾ ਬਹੁਤ ਹੱਕ ਹੈ, ਹੱਥ ਹੈ। ਮੈਂ ਕਹਿਣਾ ਚਾਹੁੰਦਾ ਵੀ ਤੁਸੀਂ ਮਾਈ ਭਾਗੋ ਦੀਆਂ ਵਾਰਸਾਂ ਬਣੋ, ਨਾ ਕਿ ਇਹਨਾਂ ਜਿਹੜੇ ਗੰਦੇ ਅਤੇ ਦੱਲੇ ਸਾਧ ਆ, ਇਹਨਾਂ ਦੇ ਜਾ ਕੇ ਤੁਸੀਂ ਕੌਮ ਦੀ ਜਿਹੜੀ ਤੁਹਾਡੇ ਬਖਸ਼ੀ ਹੋਈ ਚੁੰਨੀ ਆ ਉਹਨੂੰ ਦਾਗ ਲਵਾਓ। ਅਜਿਹੇ ਬਾਬਿਆਂ ਨੂੰ ਮੈਂ ਕਹਿੰਦਾ ਸਖ਼ਤ ਤੋਂ ਸਖ਼ਤ ਸਜ਼ਾ ਜਿਹੜੀ ਦੇਣੀ ਚਾਹੀਦੀ। ਤੁਸੀਂ ਦੇਖਿਆ ਹੋਣਾ ਵੀ ਇਹ ਬਹੁਤ ਧਕਵੰਜ ਕਰਦਾ ਸੀ, ਇੱਕ ਪਾਸੇ ਬਾਬੇ ਨੇ ਮੋਰ ਖੰਭ ਲਾ ਲੈਣੇ, ਗੁਲਾਬ ਦਾ ਫੁੱਲ ਲਾ ਲਿਆ, ਅਖੇ ਜੀ ਫਿਰ ਗੱਡੀ ਦੇ ਵਿੱਚ ਪੰਜ ਚਾਰ ਮੇਰੇ ਅੱਗੇ ਮੂਹਰੇ ਭਰੇ ਹੋ ਜਾਓ ਬਾਬਾ ਜੀ ਆ ਗਏ ਵੀ ਕੀ ਗੱਲ, ਬਾਬਾ ਜੀ ਮੋਕ ਮਾਰ ਦੇਣੇ, ਵੀ ਲੀੜੇ ਲਵੇੜ ਦੇਣਗੇ, ਕਿਉਂ ਭਾਈ ਐਂ ਕਰਦੇ ਹੁੰਦੇ ਜਿਵੇਂ ਪਤਾ ਨਹੀਂ ਕੀ ਆ ਗਿਆ, ਵੀ ਭਰੇ ਹੋ ਜਾਓ। ਇਹ ਗੁਰਬਾਣੀ ਕੀ ਕਹਿੰਦੀ ਹੈ, ਇੱਕੋ ਸਿਮਰੀਏ ਨਾਨਕਾ ਜੋ ਜਲ ਥਲ ਰਿਹਾ ਸਹਾਏ, ਦੂਜਾ ਕਹੇ ਸਿਮਰੀਏ ਜੰਮੇ 'ਤੇ ਮਰ ਜਾਏ, ਜਿਹੜਾ ਜੰਮਣ ਮਰਨ 'ਚ ਪੈ ਗਿਆ ਉਹ ਕਾਹਦਾ ਬਾਬਾ ਹੈ ਯਾਰ। ਤੁਸੀਂ ਦੇਖੋ ਜਿੱਥੇ ਮੈਂ ਕਹਿ ਦਿੰਦਾ ਪੂਰੇ ਪੰਜਾਬ ਦੇ ਨਹੀਂ ਪੂਰੀ ਦੁਨੀਆ ਦੇ ਵੱਡੇ ਵੱਡੇ ਜਿਹੜੇ ਜਿਨ੍ਹਾਂ ਨੂੰ ਅਸੀਂ ਆਗੂ ਕਹਿੰਦੇ ਹਾਂ ਜਾਂ ਆਪਦੇ ਆਪ ਨੂੰ ਧਾਰਮਿਕ ਸ਼ਖਸੀਅਤਾਂ ਕਹਿੰਦੇ ਨੇ, ਕੋਈ ਵੀ ਲਾ ਲਓ ਤੁਸੀਂ, ਮੈਂ ਹੁਣ ਨਾਂ ਲਊਂਗਾ ਫਿਰ ਕਹਿਣਗੇ ਆਏ ਹਾਂ ਵੀ ਚਾਹੇ ਜਿਨ੍ਹਾਂ ਨੇ ਜਿੱਡੇ ਮਰਜ਼ੀ ਚਲਾਏ ਹੋਏ ਵੀ ਇਹ ਫਲਾਨੇ ਨੇ ਜੀ ਇਹ ਢਿਮਕੇ ਨੇ, ਉਹ ਆਖਰ ਜਾ ਕੇ ਨਤਮਸਤਕ ਕਿੱਥੇ ਹੁੰਦੇ ਨੇ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮੂਹਰੇ ਦਰਬਾਰ ਸਾਹਿਬ ਜਾਂਦੇ। ਜਦੋਂ ਸਾਡਾ ਬਾਪ ਸਾਡਾ ਪਿਓ ਐਡਾ ਤਾਕਤਵਰ ਹੈ, ਉਹ ਅਕਾਲ ਪੁਰਖ ਹੈ, ਉਹ ਅਕਾਲ ਹੈ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਜਾਗਦੀ ਜੋਤ ਹੈ, ਹਾਜ਼ਰਾ ਹਜ਼ੂਰ ਹੈ, ਫਿਰ ਅਸੀਂ ਜਾ ਕੇ ਇਹਨਾਂ ਦੇ ਪੈਰਾਂ 'ਚ ਭਾਈ ਕਿਉਂ ਬਹਿੰਦੇ ਹਾਂ।
ਇਹ ਸਾਡੀ ਬੇਵਕੂਫੀ, ਮੈਂ ਕਹਿੰਦਾ ਇੱਦੂ ਵੱਡੀ ਨਹੀਂ ਹੋ ਸਕਦੀ। ਅਸੀਂ ਦਿਮਾਗੀ ਤੌਰ 'ਤੇ ਇੰਨੇ ਪੈਦਲ ਹੋ ਚੁੱਕੇ ਹਾਂ ਵੀ ਅਸੀਂ ਇਹੋ ਜਿਹੜੇ ਲੰਡੂ ਨੇ ਉਹਨਾਂ ਨੂੰ ਬਾਬਾ ਜੀ, ਮੈਂ ਬਾਬਾ ਜੀ ਸ਼ਬਦ 'ਤੇ ਮੇਰਾ ਤਾਂ ਮੈਂ ਉੱਥੇ ਵੀ ਕਹਿ ਕੇ ਆਇਆ ਸਟੇਜ 'ਤੇ, ਮੇਰਾ ਤਾਂ ਕਿੰਤੂ ਆ ਭਾਈ, ਇਹਨੂੰ ਬਾਬਾ ਥੋੜ੍ਹੀ ਕਹਿਣਾ, ਇਹ ਕਿਹੜੇ ਪਾਸਿਓਂ ਬਾਬਾ, ਜੇ ਉਹਨੇ ਚੋਲਾ ਪਾਲਿਆ ਤਾਂ ਇਹ ਬਾਬਾ ਬਣ ਗਿਆ। ਤੁਸੀਂ ਇਹ ਦੱਸੋ ਵੀ ਇਹਦੇ ਕੋਲੋਂ ਜੋ ਜੋ ਕੁਛ ਉੱਥੋਂ ਬਰਾਮਦ ਹੋਇਆ, ਜੋ ਜੋ ਚੀਜ਼ਾਂ ਬਰਾਮਦ ਹੋਈਆਂ ਨੇ, ਲਾਲ ਚੋਲੇ, ਪੀਲੇ, ਨੀਲੇ, ਤੂੰ ਬਾਬਾ ਕਿ ਕਮੇਡੀ ਕਲਾਕਾਰ ਹੈ, ਮੈਨੂੰ ਦੱਸ ਯਾਰ। ਸਾਧ ਤਾਂ ਮਹਾਂਪੁਰਖ ਜਿਹੜੇ ਵੀ ਹੋਏ ਨੇ ਉਹ ਤਾਂ ਇਹਨਾਂ ਸ਼ੋਸ਼ਿਆਂ ਤੋਂ, ਇਹਨਾਂ ਚੀਜ਼ਾਂ ਤੋਂ ਦੂਰ, ਬਿਲਕੁਲ, ਜਿਹੜੇ ਜਿਨ੍ਹਾਂ ਦੀ ਉਹਦੇ ਨਾਲ ਲਿਵ ਰਹੀ ਆ, ਜਿਹਦੀ ਉਹਦੇ ਨਾਲ ਲਿਵੀ ਲੱਗ ਗਈ, ਉਹਨੂੰ ਫੈਸ਼ਨ ਦਾ ਕੀ? ਇਹ ਉਹਨੇ ਜਿਹੜੇ ਝੂਠੇ ਤੌਰ 'ਤੇ ਉਹਦਾ ਨਾਂ ਵੇਚਦੇ ਨੇ, ਵੀ ਉਹ ਫਿਲਮ ਦੇਖੀ ਸੀ ਨਾ ਇੱਕ, ਵੀ ਹਾਂ ਭਾਈ ਇਹ ਉਹਦੇ ਕਰੀਬ ਹੈ ਬਾਬੇ, ਇਹ ਕਹਿੰਦੇ ਅਸੀਂ ਐਂ ਕਰਾ ਦਾਂਗੇ ਅਕਾਲ ਪੁਰਖ ਦੇ ਕਰੀਬ ਆ ਨਾ। ਸਭ ਤੋਂ ਅਕਾਲ ਪੁਰਖ ਦੇ ਕੱਢੇ ਹੋਏ ਘਰੋਂ ਇਹ ਬੰਦੇ ਹੁੰਦੇ ਨੇ ਜਿਹੜੇ ਲੋਕਾਂ ਨੂੰ ਭਰਮਾ ਕੇ ਧੀਆਂ ਭੈਣਾਂ ਨਾਲ ਅਜਿਹਾ ਜਿਹੜਾ ਗਲਤ ਕੰਮ ਕਰਦੇ ਨੇ। ਅਤੇ ਸਾਡੇ ਲੋਕ ਵੀ, ਮੈਂ ਇਹ ਸਮਝਦਾ ਲੋਕਾਂ ਦਾ ਬਹੁਤ ਕਸੂਰ ਹੈ, ਅਸੀਂ ਮਹਿਰ ਵਰਗੇ ਦਾ ਸਾਥ ਦੇਣ ਦੀ ਬਜਾਏ ਅਸੀਂ ਜਾਂ ਤਾਂ ਚੁੱਪ ਕਰ ਜਾਂਦੇ ਹਾਂ, ਜਾਂ ਫਿਰ ਵਿੱਚ ਮੇਰੇ ਵਰਗਾ ਸੌਦੇਬਾਜ਼ੀ ਕਰਾਉਣ ਲੱਗ ਜਾਂਦਾ, ਸਿੱਧੀ ਕਹਿ ਦਈਏ ਚਲੋ ਜੀ ਕੋਈ ਨਹੀਂ ਗਲਤੀ ਹੋ ਗਈ, ਫਲਾਨਾ ਹੋ ਗਿਆ, ਧਮਕਾਨਾ ਹੋ ਗਿਆ। ਨਹੀਂ, ਇਹ ਬੇਅਦਬੀ ਦਾ ਮਸਲਾ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉੱਪਰ ਮਹਾਰਾਜ ਦੇ ਸਰੂਪ ਸੀ, ਜਿਸ ਦਿਨ ਚੱਕੇ ਨੇ ਚਾਰ ਗੁਰੂ ਸਾਹਿਬ ਦੇ ਸਰੂਪ ਸੀਗੇ, ਬਾਕੀ ਗੁਟਕਾ ਸਾਹਿਬ ਹੋਰ ਸੀ। ਸੋ ਉੱਥੇ ਯਾਰ ਜਿਹੜਾ ਇਹ ਕੰਮ ਹੋਣਾ ਇਹ ਬਹੁਤ ਘਿਨਾਉਣਾ, ਇਹਦੇ ਨਾਲ ਦਿਲ ਨੂੰ ਜਿਹੜੀ ਬੜੀ ਠੇਸ ਪਹੁੰਚੀ ਹੈ ਬਈ। ਇੱਕ ਇਹ ਵੀ ਗੱਲ ਆ ਵੀ ਸੋਸ਼ਲ ਮੀਡੀਆ 'ਤੇ ਹਰ ਕਿਸੇ ਨੇ, ਪਹਿਲਾਂ ਤਾਂ ਚਲੋ ਵੀਡੀਓ ਪਾਈ ਨਹੀਂ ਪਾਈ, ਸੋਸ਼ਲ ਮੀਡੀਆ 'ਤੇ ਹਰ ਕਿਸੇ ਨੇ ਵੀਡੀਓ ਪਾਤੀ, ਪੰਜਾਬ ਦੇ ਵੱਡੇ ਵੱਡੇ ਚਿਹਰਿਆਂ ਨੇ ਪਾਤੀ, ਨਾ ਲਵਾਂਗਾ ਤਾਂ ਵਿਵਾਦ ਹੋਏਗਾ। ਪਰ ਅੱਜ ਉਹ ਬੰਦੇ ਪਹੁੰਚੇ ਨਹੀਂ ਸੋਸ਼ਲ ਮੀਡੀਆ 'ਤੇ ਜਿਨ੍ਹਾਂ ਦੇ 1-1 ਮਿਲੀਅਨ ਫੋਲੋਅਰਸ ਹੈ, ਜਿਨ੍ਹਾਂ ਪਿੱਛੇ ਪੂਰਾ ਇਕੱਠ ਹੋ ਗਿਆ ਸੀ, ਇੱਕ ਵਾਰੀ ਪੰਜਾਬ ਦਾ ਪੂਰਾ ਇਕੱਠ ਹੋ ਗਿਆ ਸੀ, ਜਿਨ੍ਹਾਂ ਪਿੱਛੇ ਵੱਡੇ ਵੱਡੇ ਇਕੱਠ ਹੁੰਦੇ ਰਹੇ, ਜੇ ਉਹ ਉਹਨਾਂ ਨਾਲ ਕੋਈ ਧੱਕਾ ਹੋਇਆ, ਪਰ ਅੱਜ ਉਹ ਨਹੀਂ ਪਹੁੰਚੇ, ਕੀ ਗੱਲ? ਦੇਖੋ ਜੀ, ਮਾੜੀ ਗੱਲ ਹੈ, ਹਰ ਇੱਕ ਬੰਦੇ ਨੂੰ ਪਹੁੰਚਣਾ ਚਾਹੀਦਾ। ਇਹ ਸਾਡੇ ਲੋਕਾਂ ਦੀ ਉਹ ਗਲਤੀ ਹੈ, ਮੈਂ ਤਾਂ ਸਮਝਦਾ, ਚੁੰਮੇ ਵਾਲੀ ਭਾਬੀ ਨੂੰ ਸਟਾਰ ਕਿਹਨੇ ਬਣਾਇਆ? ਸੋਨੂੰ ਸੀਤਵਾਲਾ ਜਿਹਨੂੰ ਵਿਚਾਰਿਆਂ ਨੂੰ ਬੋਲਣਾ ਨਹੀਂ ਆਉਂਦਾ, ਇੱਕ ਹੋਰ ਹੈ ਜਿਹੜਾ ਕੁੜੀਆਂ ਦੇ ਲੀੜੇ ਲੂੜੇ ਪਾ ਕੇ ਡਾਂਸ ਜਿਹਾ ਕਰਦਾ ਹੈ ਮੁੰਡਾ, ਅਤੇ ਉਹਨੂੰ ਸਟਾਰ ਬਣਾਤਾ ਸੀ ਯਾਰ, ਅਸੀਂ ਉਹਨੂੰ ਸੁਣੀ ਜਾਂਦੇ ਹਾਂ, ਉਹਦੀਆਂ ਰੀਲਾਂ ਮਿਲੀਅਨ ਮਿਲੀਅਨ ਚਲਾਈ ਜਾਂਦੇ ਹਾਂ, ਆਹ ਤੁਸੀਂ ਕੰਮ ਦੀ ਵੀਡੀਓ ਲੈ ਮੈਂ ਪਾ ਦਿੰਦਾ, ਜੇ ਕੋਈ ਸੁਣ ਗਿਆ ਕਹਿ ਦਿਓ। ਸਾਡੇ ਲੋਕ ਮਤਲਬ ਹੀ ਨੇ, ਇਹਨਾਂ ਨੂੰ ਇਹ ਚਾਹੀਦਾ ਵੀ ਹਾਂ ਮਨੋਰੰਜਨ ਹੋ ਰਿਹਾ, ਉਹਦੇ ਥੱਲੇ ਗਾਲਾਂ ਲਿਖਤੀਆਂ ਸੀ, ਇਹ ਫਲਾਨਾ, ਇਹ ਟੈਂਪੂ ਹੈ, ਇਹ ਸ਼ਬਦ ਅਸੀਂ ਵਰਤ ਦੇਣੇ ਨੇ, ਅਤੇ ਨਾਲੇ ਉਹਨੂੰ ਦੇਖੀ ਜਾਣਾ, ਉਹਨੂੰ ਵਿਊ ਦੇਈ ਜਾਣੇ ਨੇ। ਇਹ ਸਾਡੀ ਮਾਨਸਿਕਤਾ ਦਾ ਰੌਲਾ ਬਾਈ, ਸਾਨੂੰ ਐਂ ਲੱਗਦਾ ਵੀ ਹਾਂ ਅਸੀਂ ਜਦੋਂ ਇਹੋ ਜਿਹੇ ਲੋਕ ਸਟਾਰ ਬਣਾ ਲਵਾਂਗੇ ਜਿਹਨਾਂ ਨੂੰ ਬੋਲਣਾ ਨਹੀਂ ਆਉਂਦਾ, ਵਿਚਾਰੇ ਕਿਸੇ ਗੱਲੋਂ ਉਹ ਸ਼ਬਦ ਕਰੈਕਟ ਨਹੀਂ ਲੈ ਸਕਦੇ, ਜਾਂ ਫਿਰ ਜਿਹੜੇ ਗੰਦ ਪਰੋਸ ਰਹੇ ਨੇ, ਅੱਧ ਨੰਗੀਆਂ ਵੀਡੀਓ ਪਾ ਰਹੀਆਂ ਨੇ ਕੁੜੀਆਂ, ਅਸੀਂ ਤਾਂ ਉਹਨਾਂ ਦੇ ਮਗਰ ਲੱਗੇ ਹੋਏ ਹਾਂ, ਉਹਨਾਂ ਦੀ ਰੀਲਾਂ ਦੇਖਣੀਆਂ ਨੇ, ਚੱਜ ਦੀ ਗੱਲ ਥੋੜ੍ਹਾ ਅਸੀਂ ਸੁਣਨੀ ਹੈ। ਹਾਂ, ਜਦੋਂ ਉਹਨਾਂ ਦੀ ਕੋਈ ਫਿਲਮ ਲੱਗਣੀ ਹੈ ਅਸੀਂ ਜਾ ਕੇ ਉਹ ਦੇਖ ਆਉਣੀ ਹੈ, ਪਰ ਜਿੱਥੇ ਕਿਤੇ ਲੋੜ ਹੈ, ਜਿੱਥੇ ਇੱਦਾਂ ਦਾ ਇਕੱਠ ਹੈ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਇੱਥੇ ਵੱਧ ਚੜ੍ਹ ਕੇ ਵੱਡੀ ਗਿਣਤੀ ਦੇ ਵਿੱਚ ਪਹੁੰਚਣਾ ਚਾਹੀਦਾ ਸੀ। ਪਰ ਅੱਜ ਜਿਹੜੇ ਪੰਜਾਬ ਆਇਆ ਜਿੰਨਾ ਪੰਜਾਬ ਦੇ ਨੌਜਵਾਨ ਆਏ ਨੇ, ਮੈਂ ਕਹਿੰਦਾ ਜਾਗਦੀ ਜ਼ਮੀਰ ਵਾਲੇ ਨੇ, ਇਹ ਸਿਰਾਂ ਵਾਲੇ ਨੇ, ਇਹਨਾਂ ਦੇ ਸਿਰਾਂ 'ਤੇ ਪੱਗਾਂ ਨੇ, ਸਮਝ ਹੈ ਵੀ ਆਹ ਚੀਜ਼ ਭਾਈ ਸਾਡੇ ਲਈ ਸਹੀ ਹੈ, ਆਹ ਨਹੀਂ ਹੈ। ਦੇਖੋ, ਸਰਕਾਰ ਦਾ ਪ੍ਰੈਸ਼ਰ ਤਾਂ ਹੁੰਦਾ ਹੀ ਹੈ ਵੀਰੇ, ਦਬਾਅ ਤਾਂ ਹੁੰਦਾ ਹੀ ਹੈ, ਤੁਹਾਨੂੰ ਕੀ ਲੱਗਦਾ ਕਿ ਸਰਕਾਰਾਂ ਐਵੇਂ ਬੈਠੀਆਂ ਨੇ? ਉਹਨਾਂ ਦਾ ਕੰਮ ਹੀ ਇਹ ਹੈ ਪ੍ਰੈਸ਼ਰਾਈਜ਼ ਕਰਨਾ ਵੀ ਹਾਂ ਭਾਈ ਦੇਖ ਲੈ, ਤੈਨੂੰ ਚੱਕ ਕਿਆ ਕਰ ਦਾਂਗੇ, ਫਲਾਨਾ ਪਰਚਾ ਦੇ ਦਾਂਗੇ, ਐਂ ਕਰ ਦਾਂਗੇ। ਇਹ ਅਸੀਂ ਦੇਖਣਾ ਵੀ ਅਸੀਂ ਕਿੰਨੀ ਕੁ ਝਾਲ ਝੱਲ ਸਕਦੇ ਹਾਂ, ਪੰਜਾਬ ਦੀ ਗੱਲ, ਸਿੱਖੀ ਦੀ ਗੱਲ, ਕੌਮ ਦੀ ਗੱਲ, ਜਾਂ ਹੱਕ ਦੀ ਗੱਲ, ਸੱਚ ਦੀ ਗੱਲ, ਵੀ ਅਸੀਂ ਕਿਵੇਂ ਕਰ ਸਕਦੇ ਹਾਂ। ਕਿਸਾਨ ਅੰਦੋਲਨ ਦੀ ਗੱਲ ਕੀਤੀ ਹੈ, ਜੇ ਆਪਾਂ ਉੱਥੇ ਡਟੇ ਰਹੇ 1.5 ਸਾਲ ਪਾਉਣ, ਜਿੰਨਾ ਚਿਰ ਸਮਾਂ ਚੱਲਿਆ, ਆਗੂਆਂ ਨੇ ਜਿਹੜੇ ਮੂਹਰਲੇ ਕਤਾਰ ਦੇ ਲੀਡਰ ਸੀ ਉਹਨਾਂ ਨੇ ਵਧੀਆ ਅਗਵਾਈ ਕੀਤੀ, ਜਿਵੇਂ ਪਹਿਲਾਂ ਕਿਹਾ ਸੀ ਬਈ ਹਮੇਸ਼ਾ ਮੂਹਰਲੇ ਵਿਖਦੇ ਆ, ਜੇ ਉਹ ਅਗਵਾਈ ਨਾ ਕਰਦੇ ਤਾਂ ਕਿਸਾਨ ਅੰਦੋਲਨ ਹੀ ਜਿੱਤਣਾ ਪਾਉਂਦੇ? ਜਥੇਬੰਦੀਆਂ ਨੂੰ ਆਉਣਾ ਨਹੀਂ ਚਾਹੀਦਾ ਸੀ ਲੱਗਦਾ, ਕਿਉਂਕਿ ਇਹ ਅੰਮ੍ਰਿਤਪਾਲ ਮੈਰੋ ਇੱਕ ਸਿੱਖ ਪੰਥ ਦਾ ਮਸਲਾ ਬਣਾ ਕੇ ਰਹਿ ਗਿਆ, ਮਤਲਬ ਬਣਾ ਦਿੱਤਾ ਗਿਆ। ਕੀ ਇਹ ਸਿੱਖ ਪੰਥ ਦਾ ਸਿਰਫ ਮਸਲਾ ਸੀ? ਕਿਉਂਕਿ ਬਾਬੇ ਤਾਂ ਹਰ ਧਰਮ ਦੇ ਵਿੱਚ ਆ, ਬਾਬੇ ਤਾਂ ਇਹੀ ਕਰ ਰਹੇ ਨੇ, ਬਾਬੇ ਤਾਂ ਅਸੀਂ ਸਿਰਫ ਇਸ ਆਪਣੇ ਧਰਮ ਦੀ ਗੱਲ ਕਰਦੇ ਹਾਂ, ਸਿਰਫ ਇਹਦੇ 'ਚ ਨਹੀਂ ਆ,
ਹੋਰ ਵੀ ਕਈ ਧਰਮਾਂ 'ਚ ਅਸੀਂ ਬਾਬੇ ਦੇਖੇ ਆ, ਅਤੇ ਉਹਨਾਂ ਦੇ ਵੀ ਇਹੋ ਜਿਹੇ ਵਿਵਾਦ, ਉਹਨਾਂ ਦੇ ਵੀ ਇਹੋ ਜਿਹੇ ਪਰਚੇ, ਉਹਨਾਂ 'ਤੇ ਵੀ ਇਹੋ ਜਿਹੇ ਕੇਸ ਦੇਖੇ। ਇਹ ਬਾਬੇ ਨਹੀਂ, ਨਰੈਣੂ ਮਹੰਤ ਦੀ ਲਾਦ ਹੈ। ਤੁਹਾਡੀ ਗੱਲ ਵੀ ਸਹੀ ਹੈ ਬਈ, ਜਿਹੜੀ ਇਹ ਚੀਜ਼ ਹੈ ਨਾ, ਇਹ ਕਿਤੇ ਨਾ ਕਿਤੇ ਸਾਨੂੰ ਅੰਦਰੋਂ ਠੇਸ ਪਹੁੰਚਾਉਂਦੀ ਹੈ, ਅੰਦਰੋਂ ਦੁੱਖ ਪਹੁੰਚਾਉਂਦੀ ਹੈ। ਹਰ ਇੱਕ ਧਰਮ ਦੇ ਵਿੱਚ ਨੇ, ਕੌਮ ਦੇ ਵਿੱਚ ਨੇ, ਇਹ 'ਚ ਕੋਈ ਦੋ ਰਾਮਾ ਨਹੀਂ ਇੱਦਾਂ ਦੇ, ਕਿਉਂਕਿ ਪੰਜੇ ਉਂਗਲਾਂ ਕਦੀ ਬਰਾਬਰ ਨਹੀਂ ਹੁੰਦੀਆਂ। ਦੇਖੋ, ਮੈਨੂੰ ਪਤਾ ਨਹੀਂ ਵੀ ਜਥੇਬੰਦੀਆਂ ਨੂੰ ਜਿਵੇਂ ਸੱਦਾ ਪੱਤਰ ਦਿੱਤਾ ਗਿਆ ਜਾਂ ਨਹੀਂ। ਹਾਂ, ਉਹਨਾਂ ਨੂੰ ਆਪ ਮਹਾਰੇ ਜਿਵੇਂ ਕੁਛ ਆਏ ਵੀ ਨੇ, ਮੈਨੂੰ ਮਿਲੇ ਨੇ ਸਾਡੇ ਜਗਰਾਓਂ ਦੇ ਕੁਛ ਕਿਸਾਨ ਆਗੂ ਨੇ, ਮੁੱਲਾਂਪੁਰ ਲੁਧਿਆਣੇ ਦੇ ਨੇ, ਇੱਕ ਦੋ ਗੱਡੀਆਂ ਮੈਨੂੰ ਮਿਲੇ ਵੀ ਨੇ, ਬਾਹਰ ਵੀ ਉਹਨਾਂ ਦੀਆਂ ਗੱਡੀਆਂ ਖੜੀਆਂ ਨੇ। ਜਿਹੜੇ ਆਏ ਨੇ ਉਹ ਆਪ ਮਹਾਰੇ ਆਏ ਨੇ। ਗੱਲ ਇਹ ਆ ਵੀ ਇੱਥੇ ਆਪ ਮਹਾਰੇ ਜਿਹਨੂੰ ਲੱਗਦਾ ਯਾਰ ਵੀ ਆਹ ਚੀਜ਼ ਗਲਤ ਹੋਈ ਹੈ ਨਾ, ਇਹ ਸਾਡੀ ਕੌਮ ਨੂੰ ਇੱਥੇ ਆਉਣਾ ਚਾਹੀਦਾ, ਸਾਡੇ ਲੋਕਾਂ ਨੂੰ ਆਉਣਾ ਚਾਹੀਦਾ, ਉਹ ਆਏ ਨੇ। ਹਾਂ, ਜਥੇਬੰਦੀਆਂ ਵੱਲੋਂ ਨਹੀਂ ਕੋਈ ਜਾਂ ਮਹਿਰੋ ਸਾਹਿਬ ਵੱਲੋਂ ਕੋਈ ਸੱਦਾ ਉਹਨਾਂ ਨੂੰ ਨਹੀਂ ਦਿੱਤਾ ਗਿਆ, ਕਿਉਂਕਿ ਇਹੋ ਜਿਹੀਆਂ ਚੀਜ਼ਾਂ ਦੇ ਸੱਦੇ ਥੋੜ੍ਹਾ ਭੇਜੇ ਜਾਂਦੇ ਨੇ ਯਾਰ। ਜਦੋਂ ਲੜਾਈਆਂ ਛਿੜ ਪੈਂਦੀਆਂ ਨੇ ਫਿਰ ਸੱਦੇ ਨਹੀਂ ਦਿੱਤੇ ਜਾਂਦੇ, ਜਾਗਦੀ ਜ਼ਮੀਰਾਂ ਵਾਲੇ ਆਪ ਹੀ ਆਉਂਦੇ ਨੇ। ਉਹ ਕਿਉਂ ਨਹੀਂ ਆਏ, ਕੀ ਕਾਰਨ ਹੋ ਸਕਦਾ, ਇਹ ਤਾਂ ਹੁਣ ਉਹੀ ਭਲੀ ਬਾਤ ਹੀ ਦੱਸ ਸਕਦੇ ਨੇ, ਪਰ ਆਉਣਾ ਚਾਹੀਦਾ ਸੀ। ਇਹ ਤੁਹਾਡੀ ਗੱਲ, ਸੰਗਤ ਜਿਹੜੀ ਉੱਥੇ ਵੀ ਜਾਂਦੀ ਹੋਏਗੀ, ਸ਼ਾਇਦ ਤੁਹਾਨੂੰ ਆਸ ਪਾਸ ਕਈ ਲੋਕ ਉੱਦਾਂ ਦੇ ਵੀ ਮਿਲਦੇ ਹੋਣਗੇ ਜਗਰਾਓਂ ਦੇ ਜਾਂ ਹੋਰ ਆਸ ਪਾਸ ਹੋਣਗੇ, ਉਹ ਬਾਬਾ ਜੀ ਬਾਰੇ ਕੀ ਕਹਿੰਦੇ ਨੇ? ਕਿਉਂਕਿ ਕਈ ਪਿੱਛੇ ਵੀਡੀਓ ਵੀ ਬੜੇ ਵਾਇਰਲ ਹੋਈ ਅਤੇ ਉਹ ਬਾਬੇ ਦੇ ਹੱਕ ਦੇ ਵਿੱਚ ਬੜੀਆਂ ਗੱਲਾਂ ਕਰਦੇ ਪਏ। ਦੇਖੋ, ਸਰਸੇ ਵਾਲੇ ਸਾਧ ਦਾ ਸਾਰਾ ਕੁਛ ਨੰਗਾ ਹੋ ਗਿਆ, ਐਂਡ ਸਭ ਕੁਛ ਉਹਦੇ ਬਾਰੇ ਪਤਾ ਲੱਗ ਗਿਆ ਵੀ ਆਹ ਚੀਜ਼ ਆਏ ਆ, ਐਡੇ ਐਡੇ ਕੇਸ ਪੈ ਗਏ, ਅੱਜ ਤੱਕ ਲੋਕ ਉਹਦੇ ਸਾਧ ਦੇ ਜਾਈ ਜਾਂਦੇ ਨੇ। ਇਹ ਨਹੀਂ ਹਟ ਸਕਦੇ, ਇਹ ਇੱਕ ਜਿਹੜੀ ਨਾ ਤਾਂਘ ਹੈ ਮਨੁੱਖ ਦੇ ਵਿੱਚ, ਇੱਕ ਜਿਹੜੀ ਵੀ ਅਸੀਂ ਰੱਬ ਨੂੰ ਮਿਲ ਗਏ ਉਹਦਾ ਜ਼ਰੀਆ ਸ਼ਾਰਟਕੱਟ ਭਾਲਦੇ ਹਾਂ, ਨਹੀਂ, ਉਹ ਇਹਨਾਂ ਦੇ ਸਾਧਾਂ ਦੇ ਡੇਰਿਆਂ 'ਚ ਸ਼ਾਰਟਕੱਟ ਨਹੀਂ ਹੈ। ਤੁਹਾਡੀ ਅਕਾਲ ਪੁਰਖ ਨਾਲ ਚਾਹੀਦੀ ਹੈ। ਦੇਖੋ, ਉਹਦੇ ਜੋ ਕਰ ਰਿਹਾ ਵਾਹਵਾ, ਉਹਦੇ ਵਿੱਚ ਤੁਸੀਂ ਸਬਰ ਸੰਤੋਖ ਨਾਲ ਰਹਿ ਲਓ, ਸਮਾਂ ਆਊਗਾ। ਉਹ ਅਕਾਲ ਪੁਰਖ ਕਿਸੇ ਨਾਲ ਕਹਾਣੀ ਵੰਡ ਨਹੀਂ ਕਰਦਾ। ਸਾਡਾ ਬਾਪ ਐਡਾ ਪਾਵਰਫੁੱਲ ਹੈ ਵੀ ਉਹਨੂੰ ਆਪਦੇ ਇਕੱਲੇ ਇਕੱਲੇ ਬੱਚੇ ਦੇ ਪਤਾ ਵੀ ਇਹ ਮੇਰਾ ਪੋਤੇ ਨੂੰ ਕੀ ਦੇਣਾ ਜਾਂ ਕੀ ਨਹੀਂ ਦੇਣਾ। ਸੋ ਇਸ ਲਈ ਜੋ ਕਰ ਰਿਹਾ ਉਹ ਵਧੀਆ ਕਰ ਰਿਹਾ, ਉਹਦੇ 'ਚ ਰਹੋ। ਜਿਹੜੇ ਲੋਕ ਜਾਂਦੇ ਨੇ ਕਾਫੀ ਹੱਦ ਤੱਕ ਇਹਦੇ ਤੋਂ ਪਿੱਛੇ ਹਟ ਗਏ ਨੇ, ਕਿਉਂਕਿ ਹੁਣ ਮੇਰੇ ਵਰਗਾ ਤੁਹਾਨੂੰ ਪਤਾ ਕਦੁੱਤੀ ਹੈ, ਜਿੱਥੇ ਪਤਾ ਵੀ ਇਹ ਇੱਕ ਵੀ ਬੈਠਾ ਮੰਨਣ ਵਾਲਾ ਜਾ ਕੇ ਅਸੀਂ ਹਾਂ ਬਈ ਫਲਾਣਿਆ ਤੂੰ ਵੀ ਜਾਂਦਾ ਸੀ, ਜਾ ਕੇ ਛੇੜਨੀ ਤਾਂ ਛੇੜਨੀ ਹੈ, ਹਟ ਨਹੀਂ ਸਕਦੇ। ਫਿਰ ਉਹ ਕਹਿੰਦੇ ਨਹੀਂ ਨਹੀਂ ਅਸੀਂ ਨਹੀਂ ਜਾਂਦੇ, ਇਹ ਫਲਾਣਾ ਜਾਂਦਾ ਸੀ, ਉਹ ਅਸੀਂ ਥੋੜ੍ਹਾ ਜਾਂਦੇ ਯਾਰ, ਉਹ ਫਲਾਣਾ ਜਾਂਦਾ ਸੀ, ਮੰਨਣਾ ਕਿਸੇ ਨੇ ਨਹੀਂ, ਜਦਕਿ ਪਤਾ ਵੀ ਹਾਂ ਭਾਈ ਇਹਨਾਂ 'ਚੋਂ ਇਹ ਜਾਂਦੇ ਸੀਗੇ। ਦੇਖੋ, ਧਾਰਮਿਕ ਸਥਾਨ 'ਤੇ ਜਾਣਾ ਸਾਡੀ ਸ਼ਰਧਾ ਦਾ ਵਿਸ਼ਾ, ਜਾਣਾ ਵੀ ਚਾਹੀਦਾ, ਪਰ ਕਿਸੇ ਲੰਡੂ ਸਾਧ ਨੂੰ ਰੱਬ ਬਣਾ ਕੇ ਪੇਸ਼ ਕਰੀ ਜਾਣਾ, ਇਹ ਮੈਂ ਸਮਝਦਾ ਬਹੁਤ ਜਿਹੜੀ ਇਹ ਮਾੜੀ ਗੱਲ ਹੈ। ਅਤੇ ਜਿਹੜਾ ਇਹ ਬਾਬੇ 'ਤੇ ਦੋਸ਼ ਲੱਗੇ ਨੇ, ਜਿੰਨਾ ਗੰਦ ਹੁਣ ਨਿਕਲ, ਪਹਿਲਾਂ ਤਾਂ ਪਤਾ ਹੀ ਨਹੀਂ ਸੀ ਕਿਸੇ ਨੂੰ, ਕਿਉਂਕਿ ਇਹਦਾ ਕੀ ਹੈ ਜੀ, ਜਿਹੜਾ ਉਹ ਨਾ ਡੇਰਾ ਬਣਾਇਆ ਹੋਇਆ ਉਹ ਨਹਿਰ ਤੋਂ ਨਹਿਰੇ ਨਹਿਰ ਜਾ ਕੇ ਐਂ ਉਜਾੜ ਦੇ ਵਿੱਚ ਇੱਕ ਡੇਢ ਕਿਲੋਮੀਟਰ ਹੈ, ਉੱਥੇ ਕੋਈ ਆਵਾਜਾਈ ਨਹੀਂ ਹੈ, ਕੋਈ ਲੋਕ ਉਹਨੇ ਜਾਣਾ ਜਿਹਨੇ ਸਪੈਸ਼ਲ ਇੱਥੇ ਜਾਣਾ, ਹਾਂ, ਉੱਥੇ ਕੋਈ ਆਵਾਜਾਈ ਨਹੀਂ, ਇਸ ਲਈ ਉਹਦੇ ਬਾਰੇ ਪਤਾ ਨਹੀਂ ਸੀ ਬਹੁਤਿਆਂ ਨੂੰ। ਪਹਿਲਾਂ ਇੱਕ ਮਹਾਂਪੁਰਖ ਸੀਗੇ ਉੱਥੇ, ਉਹ ਮੂਹਰੇ ਆ ਗਏ ਨਹਿਰ 'ਤੇ ਆ ਕੇ, ਉਹਨਾਂ ਨੇ ਆਪਦਾ ਗੁਰੂ ਘਰ ਖੋਲ੍ਹ ਲਿਆ, ਉੱਥੇ ਬਹਿ ਗਏ ਉਹ, ਅਤੇ ਪਰ ਇਹਦੇ ਨਾਲ ਵੱਖ ਹੋ ਗਏ ਸੀ, ਇੰਨਾ ਕੀ ਪਤਾ ਸੀ ਇਹਦੇ ਬਾਰੇ। ਹੋਰ ਉਜਾਗਰ ਹੋਇਆ ਹੁਣ ਤਾਂ ਚਲੋ ਸਾਰੀ ਦੁਨੀਆ ਨੂੰ ਹੀ ਪਤਾ ਲੱਗ ਗਿਆ ਇਹਦੇ ਬਾਰੇ ਵੀ। ਹਾਂ, ਕੱਲ੍ਹ ਮੇਰਾ ਖਿਆਲ ਇੱਕ ਚੈਨਲ 'ਤੇ ਮੈਂ ਦੇਖ ਰਿਹਾ ਸੀ, ਇਹਦੇ ਘਰ ਵੀ ਪਹੁੰਚੇ ਹੋਏ ਸੀਗੇ ਜਿਹੜੇ ਮੀਡੀਆ ਵਾਲੇ, ਤਾਂ ਇਹਦੇ ਘਰੋਂ ਇਹਦੇ ਪਿਤਾ ਸ਼੍ਰੀ, ਇਹਦੇ ਮਾਤਾ ਵੀ ਬੋਲ ਰਹੇ ਸੀ ਵੀ ਭਾਈ ਇੱਦਾਂ ਇੱਦਾਂ, ਅਤੇ ਇੱਥੇ ਮੈਂ ਇੰਨੇ ਲੱਖ ਇਹਨੂੰ ਦੇ ਤਾ ਜੀ, ਆਹ ਲੋਨ ਚੱਲਦਾ, ਆਹ ਗੱਡੀ, ਗੱਡੀ ਦੇ ਵਿੱਚ ਇੱਕ ਮੇਰੇ ਵਰਗੇ ਨਾਲ ਬੈਗ ਫੜਿਆ ਹੋਣਾ, ਉਹਨੇ ਸੈਂਟ ਛੜ ਕੇ ਦੇਣ ਆਉਣਾ ਵੀ ਬਾਬੇ ਜੀ ਮੈਂ ਮੁਸ਼ਕ ਮਾਰਦਾ, ਮੈਨੂੰ ਸਮਝ, ਮੈਂ ਕਿਹਾ ਬਾਬਾ ਵਿਆਹ ਹੋ ਗਿਆ ਵੀ ਐਂ ਕਰਦੇ ਹੋ ਤੁਸੀਂ, ਕਿਵੇਂ ਢਕਵੰਜ ਕਰਦੇ ਹੁੰਦੇ ਸੀ, ਇਹ 51 ਵਾਲੇ ਨੇ ਸਿਰਫ, ਕੋਈ ਨਹੀਂ ਪਰੇ ਹੋ ਜੋ ਐਂ ਕਰਦੇ ਆਉਂਦੇ ਨੇ, ਪੱਲੇ ਕੱਖ ਨਹੀਂ ਹੁੰਦਾ। ਮੈਂ ਤੁਹਾਡੇ ਜ਼ਰੀਏ ਵੀ ਸਾਰੀ ਸੰਗਤ ਨੂੰ ਇੱਕੋ ਅਪੀਲ ਕਰਦਾ, ਤੁਸੀਂ ਉਸ ਅਕਾਲ ਪੁਰਖ ਨੂੰ ਉਹਦਾ ਰੂਪ ਭਾਵੇਂ ਤੁਸੀਂ ਕਿਸੇ ਨੂੰ ਮੰਨਦੇ ਹੋ, ਤੁਸੀਂ ਹਿੰਦੂ ਧਰਮ 'ਚੋਂ ਆਪਦੇ ਧਰਮ 'ਚ, ਸਿੱਖ ਵਾਲੇ ਸਿੱਖ 'ਚ, ਹੋਰ ਧਰਮ ਵਾਲੇ ਹੋਰ ਧਰਮਾਂ 'ਚ, ਪਰ ਅਕਾਲ ਪੁਰਖ ਉਹੀ ਆ, ਸਿੱਧਾ ਉਹਨੂੰ ਮੰਨਿਆ ਕਰੋ। ਇਹ ਜਿਹੜੇ ਵਿੱਚ ਵਿਚੋਲੇ ਰਹਿਣਾ, ਵਿਚੋਲਿਆਂ ਕੋਲ ਨਾ ਜਾਇਆ ਕਰੋ। ਆਪਾਂ ਉਹ ਵੀ ਕਿਸੇ ਮੁੰਡੇ ਕੁੜੀ ਦਾ ਸਾਖ ਹੁੰਦਾ, ਤੁਸੀਂ ਦੇਖ ਲਓ ਵਿਚੋਲਿਆਂ ਨੇ ਕਿੰਨੇ ਘਰ ਗਾਲੇ ਨੇ, ਇਹ ਤਾਂ ਜੀ ਮੁੰਡਾ ਹੀ ਬਹੁਤ ਚੰਗਾ ਹੈ, ਇਹ ਤਾਂ ਆਏ ਹਾਂ ਜੀ, ਇਹ ਤਾਂ ਹੀਰਾ ਹੈ, ਕੁੜੀ ਦਾ ਗਊ ਹੈ, ਉਹ ਬਾਅਦ 'ਚ ਪਤਾ ਲੱਗਦਾ ਵੀ ਹਾਂ ਭਾਈ ਵੀ ਕੀ। ਹਾਂ, ਇਸ ਲਈ ਇਹ ਵਿਚੋਲਿਆਂ ਕੋਲ ਜਾਣੇ ਬੰਦ ਕਰ ਦਿਓ, ਇਹ ਵਿਚੋਲੇ ਨੇ, ਇਹ ਵਿਚੋਲਗਿਰੀ ਕਰ ਸਕਦੇ ਨੇ, ਇਸ ਤੋਂ ਇਲਾਵਾ ਇਹਨਾਂ ਕੋਲ ਪੱਲੇ ਕੱਖ ਨਹੀਂ ਹੈ।
ਆਉਂਦੇ ਜਿਵੇਂ ਮੂਵੀ ਨਹੀਂ ਸੀ ਡਾਇਲੋਗ ਬੜਾ ਫੇਮਸ ਸੀ, ਰੋਂਗ ਨੰਬਰ ਹੈ ਇਹ, ਰੋਂਗ ਨੰਬਰ ਹੈ ਹਾਂ ਪੀ ਕੇ ਹੈ ਨਾ, ਹਾਂ ਇਹ ਰੋਂਗ ਨੰਬਰ, ਇਹ ਰੋਂਗ ਨੰਬਰ, ਆਹ ਕੀਤੀ ਗੱਲ, ਹਾਂ ਅਕਬਰ ਸਹੀ ਗੱਲ ਹੈ, ਇਹ ਰੋਂਗ ਨੰਬਰ ਨੇ ਸਾਰੇ ਇਹ ਜਿੰਨੇ। ਦੇਖੋ ਆਪਾਂ ਐਂ ਨਹੀਂ ਕਹਿੰਦੇ ਪੰਜਿਆਂ ਕੋਲ ਇੱਕ ਬਰਾਬਰ ਨਹੀਂ ਹੁੰਦਾ, ਇਹ ਕੀ ਹੁੰਦਾ ਜਦੋਂ ਇਹੋ ਜਿਹਾ ਇਹ ਸਾਹ 'ਤੇ ਦੋਸ਼ ਲੱਗ ਗਿਆ, ਜਿਹੜੇ ਚੰਗੇ ਨੇ ਉਹ ਵੀ ਵਿੱਚ ਆਟੇ 'ਚ ਘੁਣ ਵਾਂਗੂ ਭਿੱਜ ਜਾਂਦੇ ਨੇ। ਹਾਂ ਇਸ ਲਈ ਇਹ ਜਿਹੜਾ ਇਹ ਵਾਕਿਆ ਰੋਂਗ ਨੰਬਰ ਸੀਗਾ, ਇਹ ਰੋਂਗ ਨੰਬਰ ਇਹਦਾ ਪਤਾ ਲੱਗ ਗਿਆ ਲੋਕਾਂ ਨੂੰ, ਮਹਿਰੋਂ ਨੇ ਉਹ ਰੋਂਗ ਨੰਬਰ ਉਜਾਗਰ ਕਰਤਾ, ਅਤੇ ਹੁਣ ਸਾਰੇ ਪੰਜਾਬ, ਸਾਰੀ ਕੌਮ, ਸਾਰੀ ਦੁਨੀਆ ਦੇ ਸਿੱਖ ਇਹਨੂੰ ਕਿੰਨੀ, ਤੁਸੀਂ ਦੇਖ ਰਹੇ ਹੋ ਹੁਣ ਕਮੈਂਟਾਂ 'ਚ ਕਿੰਨੀ ਇਹਦੀ ਤਾਰੀਫ ਕਰਦੇ ਨੇ, ਤੁਸੀਂ ਦੇਖ ਹੀ ਲਿਆ ਹੁਣ, ਬਹੁਤ ਪਿਆਰ ਦਿੰਦੇ ਨੇ ਇਹ ਰੋਂਗ ਨੰਬਰ ਵਾਲਾ ਬਾਬਾ, ਇੱਕ ਹੋਰ ਫੜ ਲਿਆ ਜੀ, ਬਹੁਤ ਸ਼ੁਕਰੀਆ, ਧੰਨਵਾਦ। ਹੋਰ ਅਪਡੇਟਸ ਦੇ ਲਈ ਸਾਡੇ ਨਾਲ ਜੁੜੇ ਰਹੋ, ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਂ ਕੁਵਰਜੋਤ ਸਿੰਘ।